ਕਲੀ ਇਹਨਾਂ ਦੇ ਪਿਓ ਦੀ ਆ ਸਾਰਿਆਂ ਦੇ ਜਿਹੜੇ ਲੰਘਦੇ ਪਏ ਆ ਅਸੀਂ ਤੇ ਇਸ ਘਰ ਦੇ ਰਹਿੰਦੇ ਹੀ ਨਹੀਂ ਨਾ ਸਾਡਾ ਕੋਈ ਇਹ ਘਰ ਆ ਅਸੀਂ ਪੜਵਾਈ ਇਹਨਾਂ ਕੰਜਰਾਂ ਵਾਸਤੇ ਆ ਹਵਾ ਕੇ ਸਾਥ ਦਰਵਾਜ਼ਾ ਹਾਂ ਲਾਸਟ ਹੋ ਗਿਆ ਅਮਰ ਦੇਖੋ ਸਹੀ ਯਾਰ ਦਰਵਾਜ਼ਾ ਕਿੱਦਾਂ ਜੁੜੂ ਹੁਣ ਇੱਕ ਮਿੰਟ ਇੱਧਰ ਹੋ ਨਾ ਸਾਫ਼ ਕਰ ਲੈਂਦੇ ਇੰਨੀ ਸ਼ਰਮ ਵਾਲੀ ਕਿਹੜੀ ਗੱਲ ਆ ਅਗਰ ਮੇਰੇ ਤਾਂ ਕੀਤੀ ਤੇ ਤੂੰ ਸਾਫ਼ ਹੀ ਕਰਨੀ ਸੀ ਨੋ Assalamu alaikum my YouTube family this is Nida Amir and my channel name is Nida Amir vlogs batao kya ho raha hai ab tera schedule kya hai teri aayi hai hello guys hello guys kar lo baar neri se tu pehna ਵਾਪਸ ਆ ਬਹੁਤ ਅੰਧੇਰੀ ਹੈ ਇੱਥੇ ਗਲੀ ਦੇ ਵਿੱਚ ਨਾ ਡਰਾਮਾ ਨਾ ਲਵਾ ਲਈ ਕੋਈ ਨਾ ਮੋਟਰਸਾਈਕਲ ਤੇਰੇ ਤੋਂ ਅੱਜ ਉੱਜ ਗਈ ਨਾ ਮੈਂ ਛਤਰੋ ਛਤਰੋ ਮੋਟਰਸਾਈਕਲ ਆਣੇ ਨੂੰ ਫੇਰ ਦੇਣੇ ਕਹਿੰਦਾ ਮੈਂ ਬਾਅਦ 'ਚ ਪੁੱਛੂ ਇੱਥੇ ਐਵੇਂ ਗਲੀ ਤਮਾਸ਼ਾ ਨਾ ਲਵਾ ਲਈ ਮੈਂ ਕਹਿ ਦੇਵਾਂ ਗਲੀ ਇਹਨਾਂ ਦੇ ਪਿਓ ਦੀ ਆ ਸਾਰਿਆਂ ਦੇ ਜਿਹੜੇ ਲੰਘਦੇ ਪਏ ਅਸੀਂ ਤੇ ਇਸ ਘਰ ਦੇ ਰਹਿੰਦੇ ਹੀ ਨਹੀਂ ਨਾ ਸਾਡਾ ਕੋਈ ਇਹ ਘਰ ਆ ਅਸੀਂ ਪੜਵਾਈ ਇਹਨਾਂ ਕੰਜਰਾਂ ਵਾਸਤੇ ਆ ਗਲੀ ਇਸ ਲਈ ਬਣਵਾਈ ਸੀਗੀ ਕਿ ਬਈ ਇੱਥੋਂ ਕੁੱਤੇ ਵਗੈਰਾ ਤਾਂ ਲੰਘ ਜਾਣ ਜਿਨ੍ਹਾਂ ਦੇ ਇਸ ਗਲੀ 'ਚ ਘਰ ਵੀ ਨਹੀਂ ਹੈਗੇ ਉਹੀ ਲੰਘਦੇ ਇਸ ਗਲੀ 'ਚ ਹਨੇਰੀ ਨੇ ਤਾਂ ਹੱਦ ਲਾ ਦਿੱਤੀ ਅੱਜ ਕਾਰ ਤੇ ਉੱਪਰ ਚੜ ਗਿਆ ਵੇ ਉੱਪਰ ਤੇ ਤੂੰ ਬਿਲਕੁਲ ਵੀ ਨਹੀਂ ਚੜਿਆ ਹੈਗਾ ਗੱਡੀਆਂ ਹੁਣ ਇੱਥੋਂ ਹੀ ਮਨਹੂਸ ਮਾਰੀਆਂ ਲੰਘਣੀਆਂ ਸਾਰਾ ਕੁਛ ਇਸੀ ਗਲੀ 'ਚੋਂ ਲੰਘਦਾ ਅਮਰ ਦੇਖੋ ਸਹੀ ਯਾਰ ਦਰਵਾਜ਼ਾ ਕਿੱਦਾਂ ਜੁੜੂ ਹੁਣ ਇੱਧਰ
ਲੰਗੜਾ ਲੂਲਾ ਕਰ ਦਿੱਤਾ ਸਾਨੂੰ। ਨਹੀਂ ਮੌਸਮ ਤੇ ਠੀਕ ਆ ਅੱਜ ਨਹੀਂ ਚਲੂਗਾ, ਲੇਕਿਨ ਚਲਾਣਾ ਨਹੀਂ ਹੈਗਾ ਇਹਨੂੰ ਸਹੀ ਕਿਦਾਂ ਕਰਨਾ ਵਾ। ਓਏ ਕਮੀਨਾ ਅਮਰ, ਤੁਸੀਂ ਐਡੇ ਸੋਚੀ ਕਵੇ ਇਹਲੇ ਜ਼ਲੀਲ ਹੋ ਰਿਹਾ ਬਸ ਵੀਡੀਓ ਬਣ ਰਹੀ ਆ ਵੇ। ਉਹ ਇਹਦੇ ਟੈਗ ਹਾਏ ਹੱਥ ਕਿੰਨੇ ਗੰਦੇ ਆ, ਹੱਥ ਇਤਨੇ ਗੰਦੇ ਹੋਣਗੇ ਇਸ ਕੇ ਸਾਗੇ ਦੇਖ ਕੇ। ਇੰਨਾ ਗੰਦ ਖਾਣ ਲੱਗੇ ਤੁਹਾਨੂੰ ਸਾਰਾ ਪਤਾ ਲੱਗਦਾ ਵੈਸੇ ਵੀ ਅੰਦਰ ਇੰਨਾ ਗੰਦ। ਅਮਰ ਤੁਸੀਂ ਵੀ ਖਾਈ, ਤੁਸੀਂ ਖਾਣਾ ਖਾਧਾ ਹੈ, ਤੁਸੀਂ ਵੀ ਖਾ ਲੈਂਦੇ ਮੂੰਹ ਤਾਂ ਕਦੋਂ ਸੋਚੀ ਪੈ ਗਿਆ। ਆਈਸਕ੍ਰੀਮ ਕਰਾ ਕੇ ਸਕੂਨ ਮਿਲਿਆ, ਯਾਰ ਇੰਨਾ ਬੁਰਾ ਹਾਲ ਆ ਉਹਦਾ। ਇੱਕ ਮਿੰਟ ਇੱਧਰ ਹੋ ਨਾ, ਸਾਫ਼ ਕਰ ਲੈਂਦੇ, ਇੰਨੀ ਸ਼ਰਮ ਵਾਲੀ ਕਿਹੜੀ ਗੱਲ ਆ। ਅਗਰ ਮੇਰੇ ਤਾਂ ਕੀਤੀ ਤੇ ਤੂੰ ਸਾਫ਼ ਨਹੀਂ ਕਰਨੀ ਸੀ। ਨੋ ਚਲੋ ਚਲੀਏ, ਲਗਾਈ ਲਗਾਈ, ਥੈਂਕ ਯੂ ਬ੍ਰੋ। ਝੂੰਗਾ ਜਿਹਾ ਲਾਈ, ਕਹਿੰਦਾ ਝੂੰਗਾ ਜਿਹਾ ਇੰਨਾ ਕੁ ਲਾ ਦੇ, ਮੈਂ ਕਿਹਾ ਇੰਨਾ ਕੁ ਵੀ ਨਾ ਲਾਈ। ਇਹਦੇ ਮੂੰਹ ਤੇ ਚਪੇੜ ਮਾਰਨਾ ਜ਼ਰਾ, ਇਹਦੇ ਮੂੰਹ ਤੇ ਖਾਣਾ ਆਉਂਦਾ ਨੀ। ਤੁਸੀਂ ਏਡੀ ਵੱਡੀ ਕਿਉਂ ਲੈ ਕੇ, ਤੁਸੀਂ ਇੰਨੀਆਂ ਕੁ ਲੈ ਕੇ ਦੇਣੀਆਂ ਸੀ ਹੋਣੀਆਂ, ਮਿੰਨੀ ਫੋਨ ਨਾ ਹੁੰਦੀ ਰੀਸ ਨਾਲ ਲਾਓਗੇ, ਰੇਸਾਂ ਲੱਗੀਆਂ ਵਾ ਰੇਸ ਦੇਖ ਤੁਸੀਂ ਆ, ਮੈਂ ਦੇਖ ਹਾਏ ਮੰਮਾ ਮੈਂ ਕਿੱਥੇ ਜਾਵਾਂ, ਹਾਏ ਮੈਂ ਮੰਜੀ ਕਿੱਥੇ ਡਾਵਾਂ। ਜੋ ਮੇਰੇ ਹਮੇਸ਼ਾ ਕੋਲ ਰਵੇ ਤੇ ਮੈਂ ਦੁਨੀਆ ਨੂੰ ਪੈਦਾ ਲਗਾ। ਆਪਕੋ ਆਜ ਕਾ ਯੇ ਵਲੌਗ, ਉਮੀਦ ਹੈ ਆਪਕੋ ਬਹੁਤ ਅੱਛਾ ਲਗਾ ਹੋਗਾ। ਮੇਰੇ ਖਿਆਲ ਸੇ ਤੋ ਮੈਨੇ ਆਪਕੋ ਪੂਰੀ ਅੰਧੇਰੀ ਅਧੂਰੀ ਸਾਰਾ ਕੁਝ ਦਿਖਾਤਾ ਵਾ। ਤੋ ਚੈਨਲ ਕੋ ਸਬਸਕ੍ਰਾਈਬ ਕਰ ਲੈ, ਲਾਈਕ ਕਰ ਦੇ ਔਰ ਲਿੰਕ ਕੋ ਸ਼ੇਅਰ ਕਰ ਦੇ। ਨੈਕਸਟ ਵਲੌਗ ਮੇ ਮੁਲਾਕਾਤ ਹੋਗੀ, ਸੀ ਯਾ, ਬਾਏ।